ਕੀ ਨਾਲ ਆ ਯਾਰ ਮੈਂ ਬੋਲੋ ਯਾਰ ਬੋਲੋ ਬੋਲੋ ਕੀ ਹੋਇਆ ਕੀ ਇਹ ਗੱਲ ਦੱਸੋ ਪਹਿਲਾਂ ਅਸੀਂ ਦੋ ਬੰਦੇ ਜੂਸ ਪੀਣ ਆਏ ਆ ਇਹਦੇ ਕੋਲੋਂ ਜੂਸ ਪੀ ਕੇ ਇਹਨੂੰ ਅਸੀਂ ਪੀਣ ਤੋਂ ਪਹਿਲਾਂ ਇਹਨੂੰ ਮੈਂ ਕਿਹਾ ਵੀ ਮੈਨੂੰ ਗਲਾਸ ਦਿਖਾ ਦੇ ਇਹਨੇ ਗਲਾਸ ਚੱਕ ਕੇ ਗੰਦ ਵਾਲੇ ਉਹਦੇ ਸਾਈਡ ਤੇ ਗੱਡੇ ਪਰ ਬੰਦੇ ਜੂਸ ਵਾਲੇ ਗਲਾਸ ਹੈ ਗਿਆ ਗੰਦੇ ਆ ਦੇਖ ਲਓ ਜੂਸ ਵਾਲੇ ਗਲਾਸ ਇਹਨਾਂ ਨੇ ਸਾਨੂੰ ਪਾਣੀ ਚੋਂਦਿਆ ਇਹ ਪਹਿਲਾਂ ਵੀ ਇਦਾਂ ਹੀ ਕਰਦਾ ਇਹ ਤਾਂ ਮੈਂ 10-15 ਦਿਨ ਪਹਿਲਾਂ ਵੀ ਇਹ ਵੇਖਿਆ ਸੀਗਾ ਇਹਨਾਂ ਨੇ ਮੈਂ ਉਹ ਤੇ ਰਾਖੇ ਕੋਲੇ ਖੜਾਈ ਰਾਖੇ ਵਾਲੇ ਨੂੰ ਵੀ ਮੈਂ ਦਿਖਾਇਆ ਮੈਂ ਕਿਹਾ ਵੇਖ ਵੀਰੇ ਕੋਈ ਗਲਾਸ ਚੱਕ ਕੇ ਰੱਖਣ ਲੱਗਾ ਵਿੱਚ ਉਹ ਫਿਰ ਮੈਨੂੰ ਘਰੋਂ ਫੋਨ ਆ ਗਿਆ ਮੇਰੇ ਘਰ ਦੇ ਨੂੰ ਪੈਰਾਂ ਲਈ ਦੀ ਬਿਮਾਰੀ ਹੋਈ ਵੀ ਆ ਮੇਰੇ ਘਰ ਦੇ ਕਹਿੰਦੇ ਤੂੰ ਤਾਂ ਜਲਦੀ ਮੈਨੂੰ ਜੂਸ ਪੀ ਵੀ ਸ਼ੂਗਰ ਵੱਧ ਗਈ ਜੀ ਤੂੰ ਸਕੂਲ ਹੈ ਘਰੇ ਜਾ ਹੁਣ ਮੈਂ ਅੱਜ ਜਿਹੜਾ ਇਸੇ ਕਰਕੇ ਜੂਸ ਪੀਣ ਆਇਆ ਗਲਾਸ ਚਾ ਕੇ ਪਿਲਾ ਰਹੇ ਹੋ ਪਿਲਾ ਤੇ ਤੁਹਾਰਾ ਬੰਦਾ ਹੀ ਥਾ ਨਾ ਕੌਣ ਕੰਮ ਚਲੋ ਛੱਡੋ ਉਹ ਦਿਖਾ ਰਿਹਾ ਤੂੰ ਭਗਾ ਕੇ ਮਰੇ ਗਲਾਸ ਬਤਾ ਦਿਓ ਚੱਲਾ ਕੰਮ ਇਹ ਮੈਨੂੰ ਚਲੋ ਛੱਡੋ ਯਾਰ ਨਹੀਂ ਉਹਨੂੰ ਜ਼ਹਿਰ ਪਾਉਣਾ ਨਹੀਂ ਇਹ ਬੰਦਾ ਇਹ ਗਲਤ ਕਿਉਂ ਰੱਖਿਆ ਤੁਸੀਂ ਉਹਨੂੰ ਉਹਨੂੰ ਸਾਈਡ ਸਾਈਡ ਸਪਾਈਕ ਲਾਇਆ ਤੁਸੀਂ ਗੱਲ ਸੁਣੋ ਅਸੀਂ ਯਾਰ ਉਹ ਬੰਦਾ ਕਹਿੰਦਾ 10 ਦਿਨ ਪਹਿਲਾਂ ਵੀ ਮੈਂ ਦੇਖਿਆ ਵਾ ਪੁੱਛੋ ਇਹ ਕਿਹੜਾ ਬੰਦਾ ਯਾਰ ਉਹ ਬੰਦਾ ਅੱਗੇ ਵੀ ਕਹਿੰਦਾ ਮੈਂ 10 ਦਿਨ ਪਹਿਲਾਂ ਦੇਖਿਆ ਵਾ ਜਿਹੜਾ ਭਜਾਇਆ ਮਹਾਰਾਜ ਜੀ ਥੱਪੜ ਤੁਸੀਂ ਬਾਤ ਹੋ ਜਾਂਦੀ ਫਿਰ ਉਹ ਜੂਠੇ ਚ ਪਲਾ ਮੈਨੂੰ ਤਾਂ ਪਹਿਲਾਂ 10 ਰੁਪਏ ਮੈਚ ਮਿਹਨਤ ਕਰਕੇ ਕਮਾਏ ਉਦੋਂ ਕਮਾਉਣੀ ਮੈਂ ਕਿਹਾ ਜਿਹੜਾ ਥੋੜਾ ਮੇਰੀ ਗੱਲ ਅਸੀਂ ਨਾ ਜਦੋਂ ਨਵੀਆਂ ਗੱਡੀ ਪਾਈ ਸੀ ਨਾ 10 ਮਹੀਨੇ ਪਹਿਲਾਂ ਮੈਂ ਦੇਖਣਾ ਇਹ ਪਤਾ ਕੀ ਕਰਦੇ ਹੁੰਦੇ ਸੀ ਇਹਨਾਂ ਨੇ ਬੋਤਲਾਂ ਭਰ ਲੈਣੀਆਂ ਰੈਪਰ ਭਰ ਲੈਣੇ ਉਹ ਵੀ ਕੰਮ ਹੁੰਦਾ ਤਾਂ ਵੀ ਲੋਕਾਂ ਨੇ ਕਹਿਣਾ ਭਾਜੀ ਆਹ ਕੰਮ ਹੋ ਰਿਹਾ ਗੱਡੀਆਂ ਦੇ ਹੋਰ ਮੇਰੀ ਗੱਲ ਹੁਣ ਆਪਣੀ ਜਿਹੜੀ 12 ਦਿਨ ਗੱਡੀਆਂ ਕੱਲ੍ਹ ਹੋ ਰਿਹਾ ਦੇਖਣਾ ਹੁਣ ਆਪਾਂ ਇਕੱਲਾ ਬੰਦਾ ਮੂੰਹ ਤੇ ਪਛਾੜ ਰੱਖਾਂਗੇ ਨਹੀਂ ਗੱਲ ਮੇਰੀ ਗੱਲ ਜਿਹੜਾ ਬੰਦਾ ਸੀ ਰੱਖਿਆ ਮੁੰਡਾ ਹੁਣ ਚਿਹਰਾ ਉਹ ਅੰਦਰ ਬਹਿ ਗਿਆ ਉਹ ਗਲਤ ਕੰਮ ਹੋ ਗਿਆ ਰੋਟੀ ਨਾਲ ਬਹਿ ਗਿਆ ਨਾ ਬਹੁਤ ਚੱਕਰ ਬਹਿ ਗਿਆ ਰੋਟੀ ਨਾਲ ਬਹਿ ਗਿਆ ਮੇਰੀ ਗੱਲ ਹੋਰ ਤੇ ਤੁਹਾਨੂੰ ਪਤਾ ਕੀ ਕਹਿੰਦੇ ਹੁੰਦੇ ਆ ਬੰਦੇ ਥੱਲੋਂ ਆਇਆ ਆਪਾਂ ਨਾਲ ਹੋ ਰਹੀ
ਨਹੀਂ ਪਹਿਲਾਂ ਤੁਸੀਂ ਬਾਅਦ ਗੱਲ ਹੋਣੀ, ਪਹਿਲਾਂ ਹੁਣ ਤੁਸੀਂ ਮੇਰੇ ਹੱਥ ਕੱਪੜੇ ਮਾਰਿਆ, ਪਹਿਲੇ ਛਡਾਇਆ ਕਰਾ ਤੁਸੀਂ ਬੰਦੇ ਲੋੜ ਨਹੀਂ ਗੱਲ ਬੋਲਿਆ ਤੁਮਾ ਮੇਰੀ ਗੱਲ ਸੁਣੋ, ਇਹਨਾਂ ਨੂੰ ਕੋਈ ਲਾਲਚ ਆ ਪਹਿਲੇ ਇਹਨਾਂ ਨੂੰ ਕੋਈ ਨਹੀਂ, ਇਹਨਾਂ ਨੇ ਬੰਦਾ ਜਿਹੜਾ ਨੇ ਗਲਤੀ ਕੀਤੀ ਇਹਨਾਂ ਦੀ ਗਲਤੀ ਕੋਈ ਨਹੀਂ, ਤਾਂ ਦਾ ਇਹਨਾਂ ਦਾ ਹੁਣ ਨੌਕਰ ਦਾ ਕੀ ਗਿਆ, ਉਹ ਨਹੀਂ ਤਾਂ ਗੱਲ ਹੈ ਮੇਰੇ ਨੌਕਰ ਦਾ ਕੀ ਗਿਆ ਪਤਾ ਕਰ ਹੁਣ ਮਟਵੇਣ ਹੋ ਯਾਰ ਗੱਲ ਕਰੂੰਗਾ ਹਾਂ, ਤੇ ਮੈਂ ਤੈਨੂੰ ਗੱਲ ਦੱਸਦਾ ਨਹੀਂ ਗੱਲ ਤੇ ਧਿਆਨ ਸੁਣ ਲਾ, ਗੱਡੀ ਇਹਨਾਂ ਦੀ ਆ ਕੋਈ ਵੀ ਚੋਰੀ ਚੱਪਾ ਕੁਛ ਵੀ ਗੱਲ ਹੋਵੇ ਇਹਨਾਂ ਨੂੰ ਮੈਨੂੰ ਨੀ ਜਾਣਦੇ ਨਾ ਉਹ ਬੰਦੇ, ਮੈਨੂੰ ਜਾਣਦਾ ਕੋਈ ਗੱਲ ਚੱਲੇਗੀ ਹੁਣ ਆਪੇ ਧਿਆਨ ਰੱਖਣਗੇ ਦੋ ਦਿਨਾਂ ਨੂੰ ਫੇਰ ਫੜਾ ਲਿਆ ਕੋਈ ਗੱਲ ਨਹੀਂ।